ਸ਼ਹੀਦ ਕਰਤਾਰ ਸਰਾਭਾ ਦਾ ਜਨਮ 24 ਮਈ 1896 ਨੂੰ ਪਿੰਡ ਸਰਾਭਾ ਵਿਖੇ ਰਾਸ ਮੰਗਲ ਸਿੰਘ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ। ਬਚਪਨ ਦੇ ਵਿੱਚ ਹੀ ਉਹਨਾਂ ਨੇ ਮਾਤਾ ਪਿਤਾ ਚੜ੍ਹਾਈ ਕਰ ਗਏ ਸੀਗੇ। ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਨੇ ਦਾਦਾ ਬਦਨ ਸਿੰਘ ਹੋਣਾ ਨੇ ਪਾਲਿਆ। ਸਾਡੇ ਪਿੰਡ ਦੇ ਉੱਥੇ ਇੱਕ ਹੋਰ ਸੀਗੇ ਰਹਿ ਰਹੇ ਰੂੜੀਆ ਸਿੰਘ ਜੀ ਹੋਣੀ, ਉਹਨਾਂ ਨੂੰ ਮਿਲੇ ਦੇਸ਼ ਭਗਤੀ ਦਾ, ਉਹਨਾਂ ਨੂੰ ਉੱਥੋਂ ਕਾਫੀ ਮਤਲਬ ਅਗਵਾਈ ਮਿਲੀ। ਹਜ਼ਾਰ ਕਰਾਉਣ ਵਾਸਤੇ ਉਹਨਾਂ ਨੇ ਫਿਰ ਆਪਣੀ ਜਿਹੜੀਆਂ ਸੀਗੀਆਂ ਛਕਾਉਣੀਆਂ ਉੱਥੇ ਮੇਲ ਮਿਲਾਪ ਕੀਤਾ। ਗਜ਼ਲ ਦੀ ਤਰੀਕ ਵੀ ਸੀ ਉਹਨਾਂ ਨੇ ਸਹਿਯੋਗ ਦੇਣ ਦਾ, ਜਿਹੜੇ ਆਪਣੇ ਹਿੰਦੁਸਤਾਨ ਦੇ ਸਿਪਾਹੀ ਸੀਗੇ ਸਰਦਾਰ, ਉਹਨਾਂ ਨੇ ਵਾਅਦਾ ਕੀਤਾ। ਇੱਧਰ ਅਫਗਾਨਿਸਤਾਨ ਨੂੰ ਚੱਲ ਪਏ। ਉੱਥੋਂ ਜਾਂਦਾ ਜਾਂਦਾ ਇਹਨਾਂ ਦੇ ਇੱਕ ਦਿਲ ਦੇ ਵਿੱਚ ਆਇਆ ਕਿ ਅਸੀਂ ਕਿਉਂ ਭੱਜ ਕੇ ਜਾ ਰਹੇ ਹਾਂ। ਇਹਨੂੰ ਇੱਕ ਫੁਰਨਾ ਫੁਰਿਆ ਇਹਨਾਂ ਦੀ ਕਵਿਤਾ ਦੇ ਵਿੱਚ, ਬਣੀ ਸਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸਿੰਘ ਨਾਮ ਸ਼ੇਰ ਦਾ ਜੋ ਲੜੇਗਾ ਚੱਕੇ। ਉਹ ਇਹਨੂੰ ਖਿਆਲ ਅਤੇ ਇਹਨਾਂ ਨੇ ਫਿਰ ਪਿੱਛੇ ਮੁੜ ਕੇ ਚਾਲੇ ਬਾਰੇ ਮੇਲ ਮਿਲਾਪ ਕੀਤਾ। ਇਹਨਾਂ ਨੇ ਇੱਕ ਅਮਰ ਸਿੰਘ ਨਾਂ ਦਾ ਆਦਮੀ ਸੀ, ਉਹ ਨਾਲ ਮਿਲ ਕੇ ਦੋ ਕਹਿੰਦੇ ਤੁਹਾਨੂੰ ਮੈਂ ਹਥਿਆਰ ਦਿਓ। ਜੀ ਪਹਿਲੀ ਗੱਲ ਤਾਂ ਨਾ ਸ਼ਹੀਦਾਂ ਬਾਰੇ ਜਿਹੜੇ ਨੌਜਵਾਨਾਂ ਨੂੰ ਪਤਾ ਨਹੀਂ, ਨਾ ਪੇਰੈਂਟਸ ਦੱਸਦੇ ਆ ਨਾ ਸਰਕਾਰਾਂ ਦੱਸਦੀਆਂ। ਜੇ ਸਰਕਾਰਾਂ ਇਹਦੇ ਬਾਰੇ ਦੱਸਣ ਜਾਂ ਆਪਣੇ ਸਪੋਰਟਸ ਵੱਲ ਪਾਉਣ ਤਾਂ ਇਹਦੇ ਨਾਲ ਬਹੁਤ ਫਰਕ ਪੈ ਸਕਦਾ, ਕਿਉਂਕਿ ਜਦੋਂ ਸਟਾਰਟਿੰਗ ਤੋਂ ਦੱਸਿਆ ਜਾਵੇ ਸ਼ਹੀਦਾਂ ਬਾਰੇ, ਅੱਜ ਕੱਲ੍ਹ ਲੋਕ ਇੱਕ ਤਾਂ ਬਾਹਰ ਜਾਣ ਦਾ ਰੁਝਾਨ ਜ਼ਿਆਦਾ ਹੋਏ ਲੋਕਾਂ 'ਚ, ਇੱਕ ਲੋਕ ਫੋਨ ਨਾਲ ਜੁੜੇ ਹੋਏ ਨੇ ਜ਼ਿਆਦਾ ਅੱਜ ਕੱਲ੍ਹ ਜਿੰਨੇ ਵੀ ਨੌਜਵਾਨ ਨੇ ਨਾ, ਫੋਨ ਨਾਲ ਜੁੜ ਕੇ ਹੋਰ ਪਾਸੇ ਨੂੰ ਧਿਆਨ ਜਾ ਰਿਹਾ, ਇਹਨਾਂ ਵੱਲ ਇਸ ਪਾਸੇ ਧਿਆਨ ਬਹੁਤ ਘੱਟ ਆ। ਇਹ ਪੰਜਵੇਂ ਸ਼ਹੀਦ ਕਰਤਾਰ ਸਿੰਘ ਸਾਡੇ ਸਰਾਭਾ ਸੀਗੇ ਜੀ, ਗਦਰ ਲਹਿਰ ਦੇ ਸਾਰੇ ਸ਼ਹੀਦ ਸੀਗੇ ਜੀ, ਅਤੇ ਇਹ ਉਦੋਂ ਪਹਿਲਾਂ ਦੇ ਆ, ਮਤਲਬ ਜਿਵੇਂ ਅਰੁਲੀਆ ਸਿੰਘ ਸਰਾਭਾ ਜੀ, ਤੇਜਾ ਸਿੰਘ ਜੀ ਸਾਡੇ ਪਿੰਡ ਦੇ ਇੱਥੇ। ਉਹ ਹੁਣ ਦੇਖੋ ਮੀਡੀਆ ਕਲਚਰ ਆ ਜੀ, ਜਿਵੇਂ ਪਹਿਲਾਂ ਹੁਣ ਆਪਾਂ ਅਨਟੱਚ ਕਿਸੇ ਨਾਲ ਹੁੰਦੇ ਹਾਂ, ਚਾਹੇ ਫੋਨ ਨਾਲ ਚਾਹੇ ਕੁਛ, ਜਿਵੇਂ ਜੋ ਪਹਿਲਾਂ ਕਰੋਨਾ ਦਾ ਦੌਰ ਸੀਗਾ ਜੀ, ਚਲੋ ਉਦੋਂ ਤਾਂ ਆਪਾਂ ਫੋਨਾਂ ਰਾਹੀਂ ਪੜ੍ਹਾਈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ, ਅਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ। ਕਈ ਵਾਰ ਅਸੀਂ ਇਸ ਚੈਨਲ 'ਤੇ ਪੰਜਾਬ ਦੀਆਂ ਖੇਡਾਂ, ਭਾਵੇਂ ਕਿਲ੍ਹਾ ਰਾਏਪੁਰ ਦੀਆਂ ਹੋਣ, ਭਾਵੇਂ ਪੰਜਾਬ ਦੇ ਘੋੜਿਆਂ ਦੀ ਦੌੜਾਂ ਹੋਵੇ, ਭਾਵੇਂ ਕਬੱਡੀ ਦੇ ਟੂਰਨਾਮੈਂਟ ਹੋਣ, ਜਾਂ ਫਿਰ ਅਜਿਹੀਆਂ ਥਾਵਾਂ ਨੂੰ, ਇਤਿਹਾਸਿਕ ਸਥਾਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਜਿੱਥੋਂ ਬਾਹਰ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਕੁਝ ਸੇਧ ਮਿਲਦੀ ਰਹੇ। ਅਜਿਹੀ ਸੇਧ ਦੇ ਵਿੱਚ ਇੱਕ ਅਜਿਹੀ ਸੇਧ ਜਿਹੜੀ ਕਿ ਅੱਜ ਕੱਲ੍ਹ ਉਸ ਉਮਰ ਦੇ ਵਿੱਚ ਪੰਜਾਬ ਦੇ ਗੱਭਰੂ ਕਿਸੇ ਹੋਰ ਹੀ ਦਰਿਆ ਦੇ ਵਿੱਚ ਵਹਿੰਦੇ ਪਏ ਨੇ, 19 ਸਾਲ ਦੀ ਗੱਲ ਕਰਦੇ ਪਏ ਹਾਂ ਕਿ ਆਖਰ ਇੱਕ ਅਜਿਹਾ ਪੰਜਾਬ ਦੇ ਵਿੱਚ ਗੱਭਰੂ ਜਵਾਨ ਹੋਇਆ ਜਿਸਨੇ 19 ਸਾਲ ਦੀ ਉਮਰ ਦੇ ਵਿੱਚ ਦੇਸ਼ ਦੇ ਲਈ ਕੁਰਬਾਨੀ ਦੇ ਦਿੱਤੀ। ਮੇਰੇ ਪਿੱਛੇ ਤੁਸੀਂ ਸਮਾਰਕ ਵੀ ਦੇਖਦੇ ਪਏ ਹੋ, ਅਤੇ ਨਾਲ ਦੀ ਨਾਲ ਜੇਕਰ ਇਸ ਪਿੰਡ ਦੇ ਚੌਂਕ ਤੋਂ ਤਸਵੀਰ ਤੁਹਾਨੂੰ ਜੇਕਰ ਖਿੱਚ ਕੇ ਦਿਖਾਈ ਗਈ ਹੈ, ਅਤੇ ਨਾਲ ਦੀ ਨਾਲ ਹੋਰ ਕਿਹੜੀਆਂ ਸ਼ਹਾਦਤਾਂ ਇਸ ਪਿੰਡ ਦੇ ਵਿੱਚ ਦਿੱਤੀਆਂ ਗਈਆਂ ਨੇ, ਬੜਾ ਖਾਸ, ਬੜਾ ਮੰਨਿਆ ਪਰਮੰਨਿਆ ਪਿੰਡ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿੰਡ ਸਰਾਭਾ, ਅਤੇ ਉਸ ਪਿੰਡ ਦੇ ਵਿੱਚ ਅਸੀਂ ਬੈਠੇ ਹਾਂ ਸਮਾਰਕ ਦੇ ਵਿੱਚ ਮੋਦਵਰ ਸੱਜਣਾ ਦੇ ਨਾਲ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਪਿੰਡ ਦੇ ਬਾਰੇ, ਉਸ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬਾਰੇ, ਅਤੇ ਹੋਰ ਜੋ ਇਸ ਪਿੰਡ ਦੇ ਸ਼ਹੀਦਾਂ ਦੇ ਵੱਲੋਂ ਕੁਰਬਾਨੀਆਂ ਦਿੱਤੀਆਂ ਗਈਆਂ। ਮੇਰੇ ਨਾਲ
ਬਹੁਤ ਹੀ ਸੂਝਵਾਨ ਅਤੇ ਮੋਹਤਵਾਰ ਸੱਜਣ ਮੌਜੂਦ ਨੇ, ਸਵਾਗਤ ਕਰਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਨਾਮ ਹੈ ਜੀ ਆਪਣਾ? ਮੈਂ ਨੌਜੀ ਅਮਰ ਸਿੰਘ। ਅਮਰ ਸਿੰਘ ਜੀ, ਅਸੀਂ ਲੰਘਦੇ ਪਏ ਸੀ, ਤੁਸੀਂ ਬੜੇ ਵਧੀਆ ਮਾਹੌਲ ਦੇ ਵਿੱਚ ਬੈਠੇ ਹੋ, ਕਿਉਂਕਿ ਜਦੋਂ ਅਸੀਂ ਵੱਡੇ ਸ਼ਹਿਰਾਂ 'ਚੋਂ ਆਉਂਦੇ ਹਾਂ ਤਾਂ ਬੜੀ ਭੀੜ ਜੀ ਲੱਗੀ ਹੋਈ ਹੈ, ਬਜ਼ੁਰਗਾਂ ਨੂੰ ਭਾਵੇਂ ਵਾਕ ਕਰਨ ਵਾਸਤੇ ਵੀ ਤੰਗ ਗਲੀਆਂ ਤੋਂ ਲੈ ਕੇ ਭੀੜ ਵਾਲੇ ਬਾਜ਼ਾਰਾਂ ਦੇ ਵਿੱਚ ਤੁਰਨਾ ਪੈਂਦਾ। ਜੇਕਰ ਇਸ ਪਿੰਡ ਦੀ ਗੱਲ ਕੀਤੀ ਜਾਵੇ, ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਪਿੰਡ ਹੈ, ਇਤਿਹਾਸ 'ਤੇ ਥੋੜ੍ਹਾ ਜਿਹਾ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਇਤਿਹਾਸ ਜਦੋਂ ਇਹ ਪਿੰਡ ਨੂੰ ਕਰਤਾਰ ਸਿੰਘ ਸਰਾਭਾ ਨੇ ਹੋਰ ਉੱਚਾ ਕੀਤਾ ਕੀ ਸੀ? ਉਹਨਾਂ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ। ਬਚਪਨ ਦੇ ਵਿੱਚ ਉਹਨਾਂ ਨੇ ਮਾਤਾ ਪਿਤਾ ਚੜ੍ਹਾਈ ਕਰ ਗਏ ਸੀਗੇ, ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਦਾਦਾ ਬਦਨ ਸਿੰਘ ਉਹਨਾਂ ਨੇ ਪਾਲਿਆ, ਪੜ੍ਹਾਈ ਕਰਾਈ, ਅਚਰੀ ਪੜ੍ਹਾਈ ਲਈ ਅਮਰੀਕਾ ਭੇਜਿਆ। ਉਹਨਾਂ ਸਮਿਆਂ ਦੇ ਵਿੱਚ ਇੱਕ ਬੱਚੇ ਨੂੰ ਅਮਰੀਕਾ ਭੇਜਣਾ ਪੜ੍ਹਨ ਵਾਸਤੇ 1913 ਦੇ ਵਿੱਚ ਬਹੁਤ ਵੱਡੀ ਗੱਲ ਸੀ। ਅਤੇ ਉਹਨਾਂ ਨੇ ਉੱਥੇ ਜਾ ਕੇ ਜੋ ਦੇਖਿਆ, ਜੋ ਉੱਥੇ ਸੁਣਿਆ ਵੀ ਵਿਤਕਰਾ ਕਿੰਨਾ ਹੋ ਰਿਹਾ ਵਾ ਸਾਡੇ ਹਿੰਦੁਸਤਾਨੀਆਂ ਨਾਲ, ਸਾਡੇ ਪਿੰਡ ਦੇ ਉੱਥੇ ਇੱਕ ਹੋਰ ਸੀਗੇ ਰਹਿ ਰਹੇ ਰੁੜੀਆ ਸਿੰਘ ਜੀ ਹੋਣੀ, ਉਹਨਾਂ ਨੂੰ ਮਿਲੇ ਦੇਸ਼ ਭਗਤੀ ਦਾ, ਉਹਨਾਂ ਨੂੰ ਉੱਥੋਂ ਕਾਫੀ ਮਤਲਬ ਅਗਵਾਈ ਮਿਲੀ। ਉਸ ਤੋਂ ਬਾਅਦ ਲਾਲਾ ਹਰਦਿਆਲ ਐਮਏ ਉਹਨਾਂ ਨੇ ਵੀ ਉਹਨਾਂ ਨੂੰ ਦੇਖਿਆ, ਤੋਂ ਬਾਬਾ ਸੋਹਣ ਸਿੰਘ ਭਕਨਾ ਜੀ ਹੋਣੀ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਉਹਨਾਂ ਨੇ ਫਿਰ ਕੰਮ ਕੀਤਾ। ਇਹ ਵੀ ਇੱਕ ਚਤੁਰ ਦਿਮਾਗ ਅਤੇ ਮਾਰਕ ਸੀਗੇ। ਪੜ੍ਹਾਈ ਨੂੰ ਫਿਰ ਉਹਨਾਂ ਨੇ ਅੱਖੋਂ ਪਰੋਖੇ ਕੀਤਾ, ਹਿੰਦੁਸਤਾਨ ਆਜ਼ਾਦ ਕਰਾਉਣ ਵਾਸਤੇ ਉੱਥੋਂ ਦੀਆਂ ਜੋ ਗਤੀਵਿਧੀਆਂ ਸੀਗੀਆਂ ਉਹਨਾਂ ਦੇ ਵਿੱਚ ਉਹ ਸਮੇਂ ਸਮੇਂ ਦੇ ਹਿੱਸਾ ਲੈਂਦੇ ਰਹੇ। ਉਸ ਤੋਂ ਬਾਅਦ ਜਿਵੇਂ ਜਿਵੇਂ ਪਹਿਲੀ ਵੱਡੀ ਆਪਣੇ ਜੰਗ ਲੱਗੀ ਤਾਂ ਇਹਨਾਂ ਨੇ ਮਿਥਿਆ ਵੀ ਚਲੋ ਹੁਣ ਆਜ਼ਾਦ ਕਰਾਉਣ ਦਾ ਮੌਕਾ ਹਿੰਦੁਸਤਾਨ ਨੂੰ, ਚਲੋ ਆਪਾਂ ਹਿੰਦੁਸਤਾਨ ਨੂੰ ਚਾਲੇ ਪਾਈਏ। ਅੱਛਾ, ਅਮਰੀਕਾ ਤੋਂ ਫਿਰ ਚਾਲੇ ਪਾਉਣ ਦਾ ਸੋਚ ਲਿਆ? ਅਮਰੀਕਾ ਤੋਂ ਚਾਲੇ ਪਾਏ ਅਤੇ ਕਲਕੱਤਾ ਆਉਂਦਿਆਂ ਆਉਂਦਿਆਂ ਇਹਨਾਂ 'ਤੇ ਮਤਲਬ ਜੋ ਵੀ ਹੋਇਆ ਅੰਗਰੇਜ਼ਾਂ ਨੇ ਰੇਡ ਕੀਤੀ, ਵਿੱਚ ਮਾਰੇ ਗਏ ਕਰਤਾਰ ਸਿੰਘ ਸਰਾਭਾ ਹੋਣੀ, ਕਿਸੇ ਵੀ ਤਰੀਕੇ ਨਾਲ ਬਚ ਕੇ ਉੱਥੋਂ ਰੂਪੋਸ਼ ਹੋ ਗਏ। ਹੌਲੀ ਹੌਲੀ ਉਹ ਪਿੰਡਾਂ ਦੇ ਵਿੱਚ ਫਿਰ ਆਪਣਾ ਜਿਹੜਾ ਸੰਗਠਨ ਸੀ ਉਹ ਬਣਾਉਂਦੇ ਰਹੇ, ਇੱਥੇ ਜੋ ਗਤੀਵਿਧੀਆਂ ਸੀ ਉਹ ਕਰਦੇ ਰਹੇ ਸਮੇਂ ਸਮੇਂ 'ਤੇ। ਆਜ਼ਾਦ ਕਰਾਉਣ ਵਾਸਤੇ ਉਹਨਾਂ ਨੇ ਫਿਰ ਆਪਣੀ ਜਿਹੜੀਆਂ ਸੀਗੀਆਂ ਛਕਾਉਣੀਆਂ ਉੱਥੇ ਮੇਲ ਮਿਲਾਪ ਕੀਤਾ, ਗਦਰ ਦੀ ਤਰੀਕ ਮਿਥੀ ਉਹਨਾਂ ਨੇ ਸਹਿਯੋਗ ਦੇਣ ਦਾ, ਉਹਨਾਂ ਜਿਹੜੇ ਆਪਣੇ ਹਿੰਦੁਸਤਾਨ ਦੇ ਸਿਪਾਹੀ ਸੀਗੇ ਸਰਦਾਰ ਉਹਨਾਂ ਨੇ ਵਾਅਦਾ ਕੀਤਾ। ਪਰ ਉਹ ਕੀ ਹੁੰਦਾ ਵੀ ਸਮੇਂ ਮੁਤਾਬਕ ਕੋਈ ਨਾ ਕੋਈ ਵਿੱਚ ਇੱਕ ਐਜਾ ਸ਼ਖਸ ਰਲ ਜਾਂਦਾ ਜਿਹੜਾ ਗਤੀਵਿਧੀਆਂ ਦੀ ਉਹ ਅੰਗਰੇਜ਼ਾਂ ਨੂੰ ਸੂਹ ਦੇਣ ਲੱਗ ਗਿਆ। ਪਹਿਲਾਂ 21 ਫਰਵਰੀ 1915 ਮਿਥੀ ਗਈ, ਉਹਦਾ ਵੀ ਪਤਾ ਲੱਗ ਗਿਆ। ਉਸ ਤੋਂ ਬਾਅਦ 19 ਫਰਵਰੀ 1915 ਮਿਥੀ ਗਈ, ਉਹਦਾ ਵੀ ਪਤਾ ਲੱਗ ਗਿਆ ਕਿ ਉਹ ਗਦਰ ਸਾਰਾ ਫੇਲ ਹੋ ਗਿਆ। ਗਦਰ ਫੇਲ ਹੋਣ ਤੋਂ ਬਾਅਦ ਇਹ ਫਿਰ ਜਿਹਨਾਂ ਦਿਲ ਟੁੱਟ ਗਿਆ ਅਤੇ ਇਹ ਇੱਧਰ ਅਫਗਾਨਿਸਤਾਨ ਨੂੰ ਚੱਲ ਪਏ। ਉੱਥੋਂ ਜਾਂਦਿਆਂ ਜਾਂਦਾ ਇਹਨਾਂ ਦੇ ਇੱਕ ਦਿਲ ਦੇ ਵਿੱਚ ਆਇਆ ਵੀ ਅਸੀਂ ਕਿਉਂ ਭੱਜ ਕੇ ਜਾ ਰਹੇ ਹਾਂ। ਇਹਨੂੰ ਇੱਕ ਫੁਰਨਾ ਫੁਰਿਆ ਇਹਨਾਂ ਦੀ ਕਵਿਤਾ ਦੇ ਵਿੱਚ, ਬਣੀ ਸਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ, ਸਿੰਘ ਨਾਮ ਸ਼ੇਰ ਦਾ ਜੋ ਲੜੇ ਗੱਜ ਕੇ। ਉਹ ਇਹਨੂੰ ਖਿਆਲ ਅਤੇ ਇਹਨਾਂ ਨੇ ਫਿਰ ਪਿੱਛੇ ਮੁੜ ਕੇ ਚਾਲੇ ਪਾ ਲਏ, ਮੇਲ ਮਿਲਾਪ ਕੀਤਾ ਇਹਨਾਂ ਨੇ
ਇੱਕ ਅਮਰ ਸਿੰਘ ਨਾਂ ਦਾ ਆਦਮੀ ਸੀ, ਉਹ ਨਾਲ ਮਿਲ ਕੇ ਤਾਂ ਉਹ ਕਹਿੰਦੇ ਤੁਹਾਨੂੰ ਮੈਂ ਹਥਿਆਰ ਦੇਊਂਗਾ। ਅੱਛਾ। ਉਹਨਾਂ ਨੇ ਆਪਣੇ ਉੱਥੇ ਸਰਗੋਹ ਦੇ ਫਾਰਮ 'ਤੇ ਸੱਦ ਲਿਆ ਅਤੇ ਜਦੋਂ ਉੱਥੇ ਇਹ ਪਹੁੰਚੇ ਤਾਂ ਇਹਨਾਂ ਨੂੰ ਉਹਨਾਂ ਨੇ ਧੋਖੇ ਨਾਲ ਗ੍ਰਿਫਤਾਰ ਕਰਾਤਾ। ਉਸ ਤੋਂ ਬਾਅਦ ਮੁਕੱਦਮਾ ਚੱਲਿਆ ਇਹਨਾਂ 'ਤੇ ਅਤੇ 16 ਨਵੰਬਰ 1915 ਨੂੰ 7 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ। ਠੀਕ ਆ। ਹਾਂਜੀ। ਜੇਕਰ ਜਦੋਂ ਫਾਂਸੀ ਦੀ ਸਜ਼ਾ ਹੁੰਦੀ ਆ ਤਾਂ ਉਸ ਵੇਲੇ ਫਿਰ ਕਿੱਥੇ ਹੁੰਦੀ ਆ ਸਜ਼ਾ, ਕਿੱਥੇ ਫਾਂਸੀ ਨੂੰ ਲਟਕਾਇਆ ਜਾਂਦਾ ਅਤੇ ਇਸ ਪਿੰਡ ਦੇ ਵਿੱਚ ਫਿਰ ਕਿਵੇਂ ਪਤਾ ਲੱਗਦਾ? ਉਸ ਤੋਂ ਬਾਅਦ ਇੰਨੇ ਆਪਣੇ ਸਾਧਨ ਹੈ ਨਹੀਂ ਸੀਗੇ ਕੋਈ ਵੀ ਫਾਂਸੀ ਕਿੰਨੇ ਵਜੇ ਹੋਈ ਆ, ਉਹਨਾਂ ਨੂੰ ਸੰਸਕਾਰ ਕਿੱਥੇ ਕੀਤੇ, ਇਹ ਤਾਂ ਜੀ ਅੱਜ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ ਕਿਸੇ ਨੂੰ ਪਿੰਡ ਦੇ ਵਿੱਚ। ਠੀਕ ਆ, ਠੀਕ ਆ। ਉਹ ਨਹੀਂ ਜੀ ਕਿਸੇ ਨੂੰ ਪਤਾ ਲੱਗਿਆ। ਅਤੇ ਜੇਕਰ ਹੁਣ ਸਮੇਂ ਸਮੇਂ 'ਤੇ ਗੱਲ ਕੀਤੀ ਜਾਵੇ ਜਦੋਂ ਉਹਨਾਂ ਦੇ ਉਹ ਦਿਨ ਆਉਂਦੇ ਆ ਤਾਂ ਕਿਵੇਂ ਪਿੰਡ ਦੇ ਵਿੱਚ ਗਤੀਵਿਧੀਆਂ ਰਹਿੰਦੀਆਂ? ਉਹਨਾਂ ਯਾਦ ਦੇ ਵਿੱਚ ਟੂਰਨਾਮੈਂਟ ਕਰਵਾਇਆ ਜਾਂਦਾ ਵਾ ਅਤੇ ਸ਼ਹੀਦੀ ਦਿਨ ਮਨਾਇਆ ਜਾਂਦਾ 16 ਨਵੰਬਰ ਨੂੰ। ਠੀਕ ਹੈ। ਅਤੇ ਪਿੰਡ ਵਾਸੀਆਂ ਦਾ ਸਹਿਯੋਗ ਕਲੱਬ ਬਣੀ ਗਈ ਉਹਨਾਂ ਨਾਂ 'ਤੇ। ਸਾਡੇ ਬਾਹਰ ਜਿਹੜੇ ਵੀਰ ਬੈਠੇ ਆ ਅਮਰੀਕਾ ਕਨੇਡਾ ਆਸਟ੍ਰੇਲੀਆ ਵਗੈਰਾ ਵਿੱਚ ਉਹ ਸਹਿਯੋਗ ਕਰਦੇ ਆ ਸਾਰੇ ਕੰਮਾਂ ਦੇ ਵਿੱਚ, ਟੂਰਨਾਮੈਂਟ ਵਿੱਚ, ਸ਼ਹੀਦੀ ਜੜਾ ਮਨਾਉਣ ਦੇ ਵਿੱਚ। ਠੀਕ ਹੈ। ਜਿੱਥੇ ਬਾਈ ਜੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਹੋਣੀ, ਪਹਿਲਾਂ ਤਾਂ ਉਸ ਸਮੇਂ ਦੇ ਵਿੱਚ ਪਰਿਵਾਰ ਦੇ ਵੱਲੋਂ ਅਮਰੀਕਾ ਭੇਜੇ ਜਾਂਦੇ ਆ ਅਤੇ ਫਿਰ ਅਮਰੀਕਾ ਤੋਂ ਕਿਹੜੀ ਦਿਲ ਦੇ ਵਿੱਚ ਉਹ ਚੀਜ਼ ਹੁੰਦੀ ਹੈ ਜਿਹੜੀ ਉਹਨਾਂ ਨੂੰ ਇੱਥੇ ਖਿੱਚ ਲਿਆਉਂਦੀ ਹੈ ਅਤੇ ਇੱਥੇ ਆ ਕੇ ਵੀ ਕਿਵੇਂ ਉਹ ਦੇਸ਼ ਦੇ ਲਈ ਕਿਸ ਬੰਦੇ ਦੇ ਕਰਕੇ, ਉਹ ਕਹਿੰਦੇ ਕਿ ਜਿਹੜਾ ਬੰਦਾ ਅੱਗੇ ਗਰੀਬਾਂ ਨੂੰ ਦੱਸਣ ਲੱਗ ਪਿਆ ਸੀ ਸ਼ਹੀਦੀ ਤੱਕ ਜਾਮ ਪੀਣਾ ਪਿਆ। ਇਸ ਸਭ ਦੇ ਵਿੱਚ ਹੋਰ ਵੀ ਪਿੰਡ ਦੇ ਸੱਜਣ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਤੋਂ ਅੱਗੇ ਜੇਕਰ ਗੱਲ ਕੀਤੀ ਜਾਵੇ ਯੰਗ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਕੀ ਦਿਲ ਦੇ ਵਿੱਚ ਚੱਲਦਾ ਰਹਿੰਦਾ ਹੈ ਉਹ ਵੀ ਗੱਲਬਾਤ ਕਰਦੇ ਹਾਂ। ਸੋ ਜਿੱਥੇ ਸੂਝਵਾਨ ਸੱਜਣਾਂ ਦੇ ਵੱਲੋਂ ਦੱਸਿਆ ਗਿਆ ਉਹ ਸਮੇਂ ਦੇ ਹਾਲਾਤਾਂ ਦੇ ਬਾਰੇ, ਉੱਥੇ ਹੀ ਇਸ ਪਿੰਡ ਦਾ ਨੌਜਵਾਨ ਕੀ ਸੋਚਦਾ ਪਿਆ ਹੈ ਉਹ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਆ ਆਪਣਾ? ਮੇਰਾ ਨਾਮ ਦਵਿੰਦਰ ਸਿੰਘ ਹੈ ਜੀ। ਦਵਿੰਦਰ ਸਿੰਘ ਜੀ, ਇਸ ਪਿੰਡ ਦਾ ਇਤਿਹਾਸ ਬੜਾ ਮਾਣ ਮੱਤਾ ਇਤਿਹਾਸ ਆ, ਜਿੱਥੇ ਦੱਸਿਆ ਕਿ ਕਿਸ ਤਰ੍ਹਾਂ ਉਸ ਸਮੇਂ ਫਾਂਸੀ ਦੇ ਰੱਸਿਆਂ ਨੂੰ ਸਰਾਭਾ ਜੀ ਉਹਨਾਂ ਦੇ ਵੱਲੋਂ ਚੁੰਮਿਆ ਗਿਆ। ਪਰ ਜੇਕਰ ਆਪਾਂ ਹੁਣ ਦੇ ਸਮੇਂ ਦੀ ਗੱਲ ਕਰਦੇ ਹਾਂ, 19 ਸਾਲਾਂ ਦੀ ਉਮਰ ਦੀ ਗੱਲ ਕਰਦੇ ਹਾਂ ਜਾਂ ਜਦੋਂ ਬੱਚਾ ਸਕੂਲਿੰਗ ਤੋਂ ਉੱਪਰ ਚਲੇ ਜਾਂਦਾ, ਤਾਂ ਫਿਰ ਹੁਣ ਦੇ ਹਾਲਾਤ ਕਿਉਂ ਇਹੋ ਜਿਹੇ ਮਾੜੇ ਬਣੇ ਹੋਏ ਆ ਕਿ ਉੱਧਰ ਨੂੰ ਸੋਚ ਵੀ ਨਹੀਂ ਜਾਂਦੀ? ਬਾਈ ਜੀ, ਪਹਿਲੀ ਗੱਲ ਤਾਂ ਨਾ ਸ਼ਹੀਦਾਂ ਬਾਰੇ ਜਿਹੜੇ ਨੌਜਵਾਨ ਉਹਨਾਂ ਨੂੰ ਪਤਾ ਨਹੀਂ, ਨਾ ਪੇਰੈਂਟਸ ਦੱਸਦੇ ਆ ਨਾ ਸਰਕਾਰਾਂ ਦੱਸਦੀਆਂ। ਜੇ ਸਰਕਾਰਾਂ ਇਹਦੇ ਬਾਰੇ ਦੱਸਣ ਜਾਂ ਆਪਣੇ ਸਪੋਰਟਸ ਵੱਲ ਪਾਉਣ ਤਾਂ ਇਹਦੇ ਨਾਲ ਬਹੁਤ ਫਰਕ ਪੈ ਸਕਦਾ, ਕਿਉਂਕਿ ਜਦੋਂ ਸਟਾਰਟਿੰਗ ਤੋਂ ਦੱਸਿਆ ਜਾਵੇ ਸ਼ਹੀਦਾਂ ਬਾਰੇ ਤਾਂ ਅਵੇਅਰ ਹੋਣਗੇ ਸਾਰੇ, ਪਰ ਉਹ ਦੱਸਦੇ ਨਹੀਂ ਹੈਗੇ ਨਾ ਪੇਰੈਂਟਸ, ਨਾ ਤਕਰੀਬਨ ਸਕੂਲਾਂ 'ਚ ਵੀ ਬਹੁਤ ਘੱਟ ਇਹਦੇ ਬਾਰੇ ਪੜ੍ਹਾਇਆ ਜਾਂਦਾ ਸ਼ਹੀਦਾਂ ਬਾਰੇ, ਅਤੇ ਜਾਂ ਸਪੋਰਟਸ ਬਾਰੇ ਸਪੋਰਟਸ ਵਿੱਚ ਪਾਏ ਜਾਣ ਤਾਂ ਇਹਦੇ ਨਾਲ ਫਿਰ ਬਹੁਤ ਸੁਧਾਰ ਹੋ ਸਕਦਾ। ਜਦੋਂ ਆਪਾਂ ਨੋਰਮਲ ਦੇਖਦੇ ਹਾਂ ਕਿ ਬੱਚਾ ਵਿਚਾਰਾ ਹੀ ਕਹਿ ਕੇ ਚੱਲਦੇ ਹਾਂ, ਉਹ ਗ੍ਰੈਜੂਏਸ਼ਨ ਵੀ ਕਰ ਲੈਂਦਾ, ਉਹ ਨੌਕਰੀ ਦੇ ਵਿੱਚ ਵੀ ਲੱਗ ਜਾਂਦਾ, ਜੇ ਪੰਜਾਬ ਦੀ ਗੱਲ ਕੀਤੀ ਜਾਵੇ, ਫਿਰ ਉਹ ਕਿਹੜੀ ਇਹੋ ਜਿਹੀ ਸਮੱਸਿਆ ਆ ਜਾਂਦੀ ਹੈ ਕਿ ਉਹਦਾ ਫਿਰ ਵੀ ਮਨ ਨਹੀਂ ਖੜਦਾ? ਅੱਜ ਕੱਲ੍ਹ ਲੋਕ ਇੱਕ ਤਾਂ ਬਾਹਰ ਜਾਣ ਦਾ ਰੁਝਾਨ ਜ਼ਿਆਦਾ ਹੋਇਆ ਲੋਕਾਂ 'ਚ, ਇੱਕ ਲੋਕ ਫੋਨ ਨਾਲ ਜੁੜੇ ਹੋਏ ਨੇ ਜ਼ਿਆਦਾ ਅੱਜ ਕੱਲ੍ਹ, ਜਿੰਨੇ ਵੀ ਨੌਜਵਾਨ ਨੇ ਨਾ ਫੋਨਾਂ ਨਾਲ ਜੁੜ ਕੇ ਹੋਰ ਪਾਸੇ ਨੂੰ ਧਿਆਨ ਜਾ ਰਿਹਾ, ਇਹਨਾਂ ਵੱਲ ਇਸ ਪਾਸੇ ਧਿਆਨ ਬਹੁਤ ਘੱਟ ਆ ਸਾਰੇ ਯੂਥ ਦਾ ਹੀ। ਜਿਵੇਂ ਮੈਂ ਸਮਾਰਕ ਦੇ ਵਿੱਚ ਵੜਿਆ ਤਾਂ ਉੱਧਰ ਹੋਰ ਵੀ ਬਾਬਿਆਂ ਦੀ ਸ਼ਹਾਦਤਾਂ ਦੀ ਤਸਵੀਰਾਂ ਲੱਗੀਆਂ ਹੋਈਆਂ, ਉਹਨਾਂ ਵਾਸਤੇ ਵੀ ਕੋਈ ਜਾਣੂ ਕਰਵਾ ਸਕਦਾ? ਹਾਂਜੀ ਭਾਅ ਜੀ, ਇਹ ਇਹਨਾਂ ਦਾ ਸਰਾਭਾ ਜੀ ਇਹਨਾਂ ਕੋਲ ਸੀਗੇ ਨਾਲ, ਇਹ ਸਰਾਭਾ ਜੀ ਦੇ ਬਾਅਦ 'ਚ ਸਾਥੀ ਸੀਗੇ ਅਤੇ ਬਾਅਦ 'ਚ ਉਹਨਾਂ ਨੇ ਇਹਨਾਂ ਦਾ ਦਿਨ ਮਨਾਉਣ ਲਈ ਵੀ ਬਹੁਤ ਜੱਦੋਜਹਿਦ ਕੀਤੀ, ਜਦੋਂ ਬਾਅਦ ਵਿੱਚ ਸਰਕਾਰਾਂ ਨਹੀਂ ਮਨਾਉਣ ਦਿੰਦੀਆਂ ਸੀਗੀਆਂ ਅਤੇ ਇਹ ਉਹਨਾਂ ਦੇ ਬਾਅਦ ਸਾਥੀ ਸੀਗੇ ਜੀ ਇਹ ਸਰਾਭਾ ਜੀ ਦੇ। ਇੱਥੇ ਅਸੀਂ ਉੱਧਰ ਬੈਠ ਕੇ ਕਰਤਾਰ ਸਿੰਘ ਸਰਾਭਾ ਜੀ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀਆਂ ਉੱਥੇ ਤਸਵੀਰਾਂ ਦਿਖਾਈਆਂ ਸੀ, ਸ਼ਹੀਦ ਰੁੜੀਆ ਸਿੰਘ ਸਰਾਭਾ, ਸ਼ਹੀਦ ਤੇਜਾ ਸਿੰਘ ਸਫਰੀ ਸਰਾਭਾ, ਸ਼ਹੀਦ ਪ੍ਰੇਮ ਸਿੰਘ ਸਰਾਭਾ,
ਇਹ ਕੌਣ ਸਨ, ਇਹਨਾਂ ਬਾਰੇ ਥੋੜ੍ਹਾ ਜਿਹਾ ਹੋਰ ਚਾਨਣਾ ਮਤਲਬ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਨਾਮ ਹੈ? ਕੁਲਵਿੰਦਰ ਜੀ। ਕੁਲਵਿੰਦਰ ਜੀ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਇਹ ਜਿਵੇਂ ਸ਼ਹੀਦ ਕਰਤਾਰ ਸਿੰਘ ਸਾਡੇ ਸਰਾਭਾ ਸੀਗੇ ਜੀ, ਗਦਰ ਲਹਿਰ ਦੇ ਸਾਰੇ ਸ਼ਹੀਦ ਸੀਗੇ ਜੀ। ਅੱਛਾ। ਅਤੇ ਇਹ ਉਦੋਂ ਪਹਿਲਾਂ ਦੇ ਆ, ਮਤਲਬ ਜਿਵੇਂ ਅਰੁਲੀਆ ਸਿੰਘ ਸਰਾਭਾ ਜੀ, ਤੇਜਾ ਸਿੰਘ ਸਾਡੇ ਪਿੰਡ ਦੇ ਇੱਥੇ ਸਾਰੇ। ਇਹਨਾਂ ਦੀ ਸ਼ਹਾਦਤ ਤੱਕ ਕਿਉਂ ਹੋਈ ਹੈ, ਕੀ ਇਹਨਾਂ ਨੇ ਵੱਲੋਂ ਕੀ ਕੀਤਾ, ਕਿ ਸਰਾਭਾ ਜੀ ਕਰਕੇ ਹੋਈਆਂ ਸੀ? ਨਹੀਂ, ਸਰਾਭਾ ਜੀ ਤੋਂ ਤਾਂ ਇਹ ਪਹਿਲਾਂ ਦੇ ਸ਼ਹੀਦ ਸੀ, ਇਹ ਪਹਿਲਾਂ ਦੇ ਸ਼ਹੀਦ ਹੋਏ ਸੀ। ਇਹ ਵੀ ਮਤਲਬ ਜਦੋਂ ਆਜ਼ਾਦੀ ਦਾ ਦੌਰ ਚੱਲਦਾ ਪਿਆ ਸੀ, ਉਹਨਾਂ ਉਸੇ ਸੰਗਰਾਮ 'ਚ ਇਹ ਹੋਇਆ ਜੀ। ਅੱਛਾ। ਜੇਕਰ ਆਪਾਂ ਇਸ ਸਭ ਦੇ ਵਿੱਚ ਜਦੋਂ ਅਸੀਂ ਬਾਈ ਜੀ ਉਹਨਾਂ ਨਾਲ ਗੱਲ ਕੀਤੀ ਕਿ ਅੱਜ ਦੇ ਟਾਈਮ 'ਤੇ ਆ ਜਾਂਦੇ ਹਾਂ, ਲੋਕ ਫੋਨਾਂ 'ਤੇ ਜ਼ਿਆਦਾ ਪ੍ਰੋਬਲਮ ਹੈ ਨਾ, ਫੋਨਾਂ 'ਚ ਚੁੰਬੜੇ ਹੋਏ ਆ, ਕੁਝ ਲੋਕ ਇਹ ਵੀ ਕਹਿ ਦਿੰਦੇ ਕਿ ਫੋਨਾਂ 'ਤੇ ਵੀ ਪੜ੍ਹਾਈਆਂ ਹੋ ਜਾਂਦੀਆਂ, ਫੋਨਾਂ 'ਤੇ ਵੀ ਜਿਹੜੇ ਅੱਜ ਦੇ ਵਿਚਾਰ ਆ ਜਾਂ ਨਿਊਜ਼ ਪੜ੍ਹੀਆਂ ਜਾਂਦੀਆਂ, ਕਿਉਂਕਿ ਨਿਊਜ਼ ਪਹਿਲਾਂ ਫੋਨ 'ਤੇ ਆ ਜਾਂਦੀ ਹੈ। ਹਾਂਜੀ ਹਾਂਜੀ। ਰਾਤ ਨੂੰ ਪ੍ਰਿੰਟ ਹੁੰਦੀ, ਅਗਲੇ ਦਿਨ ਅਖਬਾਰ ਛਪਦੀ ਹੈ। ਹਾਂਜੀ। ਫਿਰ ਫਰਕ ਕਿੱਥੇ ਮਹਿਸੂਸ ਕਰਦੇ? ਉਹ ਹੁਣ ਦੇਖੋ ਮੀਡੀਆ ਕਲਚਰ ਆ ਜੀ, ਜੀ ਜਿਵੇਂ ਪਹਿਲਾਂ ਹੁਣ ਆਪਾਂ ਟੱਚ ਕਿਸੇ ਨਾਲ ਹੁੰਦੇ ਹਾਂ, ਚਾਹੇ ਫੋਨ ਨਾਲ ਚਾਹੇ ਕੁਛ, ਜਿਵੇਂ ਜੋ ਪਹਿਲਾਂ ਕਰੋਨਾ ਦਾ ਦੌਰ ਸੀਗਾ ਜੀ, ਚਲੋ ਉਦੋਂ ਤਾਂ ਆਪਾਂ ਫੋਨਾਂ ਰਾਹੀਂ ਪੜ੍ਹਾਈ ਬੱਚਿਆਂ ਦੀ ਜਾਂ ਥੋੜ੍ਹੇ ਕਾਲਜ ਲੈਵਲ 'ਤੇ ਸੀਗੇ ਜੀ, ਜੋ ਵੀ ਸੀਗੇ ਉਹਨਾਂ ਨੂੰ ਮਤਲਬ ਉਹ ਪੂਰਾ ਜ਼ਰੂਰੀ ਭਾਗ ਉਹਨਾਂ ਨੇ ਸਮਝਿਆ ਵੀ ਉਹ ਕਰਨਾ ਹੀ ਪੈਣਾ, ਹੈ ਨਾ ਜੀ? ਠੀਕ ਹੈ ਜੀ। ਅਤੇ ਠੀਕ ਹੈ, ਜਿਹਨਾਂ ਨੇ ਅੱਜ ਦੇ ਟਾਈਮ 'ਚ ਵੀ ਫੋਨ ਵਰਤਣਾ ਵਾ, ਇਹ ਕੋਈ ਵਿੱਚ ਇਹਦੇ ਕੋਈ ਮਾੜੀ ਗੱਲ ਵੀ ਹੈ ਨਹੀਂ ਗੀ, ਪੂਰੀ ਵਧੀਆ ਤੋਂ ਵਧੀਆ ਚੀਜ਼ ਇਹ 'ਚ ਮਿਲੂਗੀ, ਜਿਹੜੀ ਆਪਾਂ ਨੂੰ ਦੁਨੀਆ ਭਰ ਦੀ ਨਹੀਂ ਜਾਣਕਾਰੀ ਹੈਗੀ, ਉਹ ਵੀ ਆਪਾਂ ਫੋਨ 'ਚੋਂ ਪ੍ਰਾਪਤ ਕਰ ਸਕਦੇ ਹਾਂ। ਚਾਹੇ ਤੁਸੀਂ ਸਿੱਖਿਆ ਦੀ ਲੈ ਲਓ, ਚਾਹੇ ਕਿਸੇ ਵਿਗਿਆਨ ਦੀ ਲੈ ਲਓ, ਚਾਹੇ ਕਿਸੇ ਮਕੈਨਿਕ ਇਜ਼ਮ ਦੀ ਲੈ ਲਓ, ਚਾਹੇ ਕੋਈ ਵੀ ਜਾਣਕਾਰੀ ਆਪਾਂ ਨੂੰ ਨਹੀਂ ਹਾਸਲ ਹੈਗੀ, ਆਪਾਂ ਉਸ ਵਿਸ਼ਾ ਕੱਢੀਏ, ਜਦੀ ਉਹਦੇ ਨਾਲ ਬੰਦਾ ਅਨਟੱਚ ਜੁੜਿਆ ਜਾਊਗਾ, ਉਹਦੀਆਂ ਤਸਵੀਰਾਂ ਉਹਦੇ ਨਾਲ ਛਾਪਦੀਆਂ ਆਪਾਂ ਨੂੰ ਮਿਲ ਜਾਣਗੀਆਂ। ਨੁਕਸਾਨ ਕੀ ਮੰਨਦੇ ਹੋ ਫੋਨਾਂ ਦੇ? ਨੁਕਸਾਨ ਜੀ ਹੁਣ ਇਹ ਆ, ਜਿਹੜੀ ਨਵੀਂ ਪਨੀਰੀ ਆ ਜੀ ਜਾਂ ਹੋਰ ਆ, ਜਿਵੇਂ ਇਹਨਾਂ ਨੇ ਕੋਈ ਆਹ ਆਪਾਂ ਕਹਿ ਦਿੰਦੇ ਹਾਂ ਬਈ ਕਿਸੇ ਨਾਲ ਜੁੜ ਕੇ ਜਾਂ ਕੋਈ ਲੱਚਰ ਵਗੈਰਾ ਇੱਦਾਂ ਦੀਆਂ ਕੋਈ ਚੀਜ਼ਾਂ ਦੇਖ ਲਈਆਂ ਨੇ, ਇਹ ਇਹਨਾਂ ਤੋਂ ਥੋੜ੍ਹਾ ਜਿਹਾ ਪੀੜ੍ਹੀ ਨੂੰ ਅਵੋਇਡ ਕਰਨਾ। ਮੈਂ ਬਾਈ ਜੀ ਨਾਲ ਵੀ ਗੱਲ ਕਰੂੰਗਾ। ਬਾਈ ਜੀ, ਜਿਹੜਾ ਜਿੱਥੇ ਆਪਾਂ ਗੱਲ ਕਰਦੇ ਹਾਂ ਵੀ ਅਮਰੀਕਾ ਕੈਨੇਡਾ ਲੋਕ ਭੱਜਦੇ ਵਾਲੇ ਪਏ ਆ, ਹੁਣ ਮੈਂ ਪਿੰਡ ਦੇ ਮਾਹੌਲ ਦੇ ਵਿੱਚ ਖੜਾ ਵਾਂ, ਹੈ ਨਾ, ਇੱਥੇ ਇੰਨਾ ਸੋਹਣਾ ਮਾਹੌਲ ਬਣਿਆ ਹੋਇਆ, ਸ਼ਾਂਤ ਜਿਹਾ, ਹੈ ਨਾ, ਚਿੜੀਆਂ ਚੀਂ ਚੀਂ ਕਰਦੀਆਂ ਪਈਆਂ, ਫਿਰ ਦੌੜ ਕਿਸ ਚੀਜ਼ ਦੀ ਲੱਗੀ ਹੋਈ ਹੈ? ਦੌੜ ਜੀ, ਅੱਜ ਕੱਲ੍ਹ ਬੱਚਾ ਪਲੱਸ ਟੂ ਕਰਦਾ ਵਾ, ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆ ਆਈਲੈਟਸ ਕਰੀਏ ਅਤੇ ਬਾਹਰ ਜਾਈਏ, ਪਰ ਜੋ ਹੁਣ ਮਾਹੌਲ ਬਣਿਆ, ਮੈਂ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਟਰੱਸਟ ਦਾ ਟਰੱਸਟੀ ਮੈਂਬਰ ਹਾਂ ਜੀ, ਅਤੇ ਹੁਣ ਭਲਾ ਪਲੱਸ ਟੂ ਦੇ ਬੱਚੇ ਨੂੰ ਉੱਧਰ ਬਾਹਰਲੇ ਆਈਲੈਟਸ ਤਾਂ ਨਹੀਂ ਕਰਦੇ, ਐਕਸੈਪਟ ਨਹੀਂ ਕਰਦੇ, ਹੁਣ ਬੱਚੇ ਆ ਜਿਹੜੇ ਜਾਂ ਆਈ ਟੀ ਆਈ ਹੋਇਆ, ਮੈਡੀਕਲ ਹੋਇਆ, ਇੱਧਰ ਨੂੰ ਆ ਰਹੇ ਆ। ਸਾਡੇ ਕੋਲ ਤਾਂ ਇਹਨਾਂ ਜੀ ਐਨ ਬੀ ਐੱਸ ਸੀ ਨਰਸਿੰਗ ਦੀਆਂ ਸੀਟਾਂ ਮੁਸ਼ਕਲ ਨਾਲ ਭਰਦੀਆਂ ਸੀ। ਅੱਛਾ। ਹੁਣ ਬੱਚੇ ਓਵਰ ਆ। ਵੈਰੀ ਗੁੱਡ। ਹਾਂਜੀ। ਅਤੇ ਮਤਲਬ ਇਹ ਮੰਨਦੇ ਹੋ ਕਿ ਜੇਕਰ ਬੱਚੇ ਗ੍ਰੈਜੂਏਟ ਤੇ ਹੋ ਜਾਂਦੇ ਆ ਤਾਂ ਉਹਨਾਂ ਦੇ ਸਕਿੱਲ ਦੇ ਹਿਸਾਬ ਨਾਲ ਫਿਰ ਪੈਸੇ ਮਿਲਦੇ ਆ ਕਿ ਨਹੀਂ? ਕੀ ਹਾਂਜੀ ਹਾਂਜੀ ਮਿਲ ਜਾਂਦੇ? ਹਾਂਜੀ ਹਾਂਜੀ ਪੈਸੇ ਮਿਲਦੇ ਆ। ਅਤੇ ਜੇਕਰ ਅੱਛਾ ਇੱਕ ਲਾਸਟ ਸਵਾਲ ਲੈ ਲੈਣਾ, ਜਿਹੜੇ ਬਾਹਰ ਬੈਠੇ ਆ ਕੀ ਉਹ ਬਹੁਤ ਖੁਸ਼ ਆ? ਨਹੀਂ ਜੀ। ਹਾਂ ਬਾਹਰ ਜਾ ਕੇ ਕੰਮ ਕਰਨਾ, ਉੱਥੇ ਕੰਮ ਕਰਨਾ, ਰੋਟੀ ਪਾਣੀ ਸਾਰਾ ਕੁਛ ਆਪ ਹੀ ਕਰਨਾ ਮੈਂ। ਇੱਥੇ ਜੇ ਕਿਸੇ ਪਾਸੇ ਕਹਿਣ ਵੀ ਦਿਹਾੜੀ ਕਰਨੀ, ਉਹ ਕਰਨੀ, ਉਹਨਾਂ ਨੇ ਕਰਨੀ ਨੀ, ਉੱਥੇ ਸਭ ਕੁਛ ਕਰਦੇ ਆ, ਇਹ ਵੀ
ਜਿਹੜੀ ਇੱਥੋਂ ਦੀ ਕਲੱਬ ਆ ਪਿੰਡ ਵਾਸੀ ਨੇ ਬਾਹਰ ਬੈਠੇ ਵੀਰ ਸਹਿਯੋਗ ਦਿੰਦੇ ਆ, ਇਹ ਸਾਰਾ ਅਸੀਂ ਉਹਦੇ ਸਿਰ 'ਤੇ ਸਾਂਭਿਆ ਹੋਇਆ ਵਾ। ਸਾਡੇ ਜਿਹੜੇ ਹਲਕੇ ਦੇ MLA ਸਾਹਿਬ ਆ ਮਨਪ੍ਰੀਤ ਸਿੰਘ ਜੀ ਆੜੀ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਡੇ ਪਿੰਡ ਨੂੰ। ਠੀਕ ਆ ਜੀ, ਅਸੀਂ ਕਹਿ ਦਈਏ ਨਾ ਵੀ ਹਲਕੇ ਦਾ MLA ਕੋਈ ਕੰਮ ਨਹੀਂ ਕਰਦਾ, ਨਾ ਜੀ ਇਹ ਸਭ ਕੁਛ ਉਹਨਾਂ ਹੀ ਦੇਣਾ। ਜੇ ਇਹ ਵੀ ਕਹਿ ਰਹੀ ਵੀ ਬਾਦਲ ਸਰਕਾਰ ਦੀ ਦੇਣਾ, ਅਸੀਂ ਇਹ ਵੀ ਕਹਿ ਸਕਦੇ ਹਾਂ ਜਿਹੜੀ ਕਹਿੰਦੇ ਮਰਦੀ ਨਹੀਂ ਰਹੀ ਆ, ਜੇ ਲੋਕ ਸਭਾ ਵਿਧਾਨ ਸਭਾ ਇਹ ਵਾਲੀ ਸਾਹਿਬ ਦੀ ਵੋਟ ਪੱਕੀ ਆ, ਪੱਕੀ ਆ। ਠੀਕ ਆ, ਚਲੋ ਪਿੰਡ ਦੇ ਵਿੱਚ ਧੜੇਬਾਜ਼ੀ ਹੁੰਦੀ, ਇਹ ਨਹੀਂ ਕਿ ਨਹੀਂ ਹੁੰਦੀ ਹੈਗੀ, ਪਰ ਉਹਨਾਂ ਨੇ ਜਿਹੜੇ ਕੰਮ ਕਰਾਏ ਆ ਉਹ ਕਿਸੇ ਇਲਾਕੇ ਵਿੱਚ ਘੁੰਮੀ ਦਾ ਪੰਜਾਬ ਦੇ ਵਿੱਚ ਗਰਾਊਂਡ ਆ, ਉਹਨਾਂ ਨੇ 72 ਪਾਰਕ ਬਣਾਇਆ ਪਿੰਡਾਂ ਦੇ ਵਿੱਚ, ਸਿਰਫ ਮੋਹਿਤ ਸਾਈਡ ਦੇਖਿਆ ਸਭ ਰੋਲੇ ਪਏ ਨੇ। ਅੱਛਾ, ਹੁਣ ਸਾਡੇ ਕੋਲ ਸਾਂਭਣ ਵਾਸਤੇ ਮੁਲਾਜ਼ਮ ਵੀ ਰੱਖੇ ਨੇ ਦੋ, ਸਾਂਭਦੇ ਆ ਘਾੜੀਆਂ ਮਸ਼ੀਨਾਂ ਨੇ, ਕਟਿੰਗ ਕਰਦੇ ਸਮੇਂ ਸਮੇਂ 'ਤੇ ਫੁਹਾਰੇ ਲੱਗੇ ਨੇ, ਵੱਡੀ ਮੋਟਰ ਲੱਗੀ ਹੋਈ ਆ ਇਹਦੇ ਵਿੱਚ ਵੀ ਫੁਹਾਰੇ ਲੱਗੇ ਆ, ਟਾਈਮ ਟਾਈਮ 'ਤੇ ਪਾਣੀ ਦਿੰਦੇ ਆ, ਗੋਡੀ ਵਗੈਰਾ ਸਭ ਕੁਛ ਹੁੰਦਾ ਵਾ, ਹੁੰਦਾ ਸਭ ਕੀ ਆ, ਪਰ ਸਾਡੇ ਵੀਰਾਂ ਨੇ ਸਹਿਯੋਗ ਨਾਲ, ਗੌਰਮੈਂਟ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਹੈਗੀ ਸਹਿਯੋਗ ਨਾਲ। ਹਾਂ, ਬਾਕੀ ਜਦੋਂ ਟੂਰਨਾਮੈਂਟ ਹੁੰਦਾ ਉਦੋਂ ਵੀ ਲੱਖਾਂ ਦੇ ਹਿਸਾਬ ਨਾਲ ਸਾਡੀ ਵੀਰ ਭੇਜ ਦਿਓ ਬਾਹਰ, ਟੂਰਨਾਮੈਂਟ 'ਤੇ ਵੀ ਖਰਚ ਹੁੰਦਾ ਵਾ, ਉਸ ਤੋਂ ਬਾਅਦ ਜਿਹੜਾ ਬਚਦਾ ਫਿਰ ਜਿਹੜੇ ਮੁਲਾਜ਼ਮ ਖੜੇ ਰੱਖੇ ਉਹਨੂੰ ਤਨਖਾਹ ਭਰਾ ਦਿੰਦੇ ਹਾਂ, ਖਰਚਾ ਹੁਣ ਜਿਵੇਂ ਆ ਹੁਣ ਗਾਂਹ ਦੇਣ ਆਉਣੇ ਆ ਘਾਹ ਵਧਣਾ ਵਾ, ਖਰਚਾ ਹਰੇਕ ਮਹੀਨੇ 35 ਚਲੀ ਹਜ਼ਾਰ ਰੁਪਈਏ ਦਾ ਹੋ ਜਾਂਦਾ, 28,000 ਰੁਪਏ ਸਾਡੀ ਸੈਲਰੀ ਨਿਕਲਦੀ ਆ ਮਹੀਨੇ ਦੀ, ਉਹ ਕਿਵੇਂ ਨਿਕਲਦੀ ਆ ਜਿਹੜਾ ਸਾਨੂੰ ਬਚ ਗਿਆ ਸੀ ਉਹਦੇ ਸੱਚ ਕੰਮ 'ਚ ਲਾ, ਗੌਰਮੈਂਟ ਵੱਲੋਂ ਸਾਨੂੰ ਨਵੀਂ ਪੋਜੀਸ਼ਨ ਕਹਿੰਦੇ ਪੰਜਾਬੀ ਦਾ ਪੁੱਟੀ ਕੌਡੀ ਨਹੀਂ ਮਿਲਦੀ ਹੈ। ਇਹ ਦੇਖੋ ਇਹ ਜਿਹੜੀ ਇਹ ਚੀਜ਼ ਕਹੀ ਗਈ ਅਪੀਲ ਹੈ ਇੱਕ, ਇਹ ਸਰਕਾਰਾਂ ਨੂੰ, ਸਮੇਂ ਦੀਆਂ ਸਰਕਾਰਾਂ ਨੂੰ ਇਹੀ ਅਪੀਲ ਹੈ ਕਿ ਜੇਕਰ ਤੁਸੀਂ ਆਪਣੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੇ ਇਤਿਹਾਸ ਨੂੰ ਬਚਾਉਣਾ ਪੈਣਾ, ਜੇਕਰ ਇਤਿਹਾਸ ਨੂੰ ਬਚਾਉਣਾ ਤਾਂ ਜ਼ਮੀਨੀ ਪੱਧਰ 'ਤੇ ਆ ਕੇ ਦੇਖਣਾ ਪੈਣਾ ਚੀਜ਼ਾਂ, ਜਿਵੇਂ ਦੱਸਿਆ ਬਾਈ ਜੀ ਹੋਣਾ ਦੇ ਵੱਲੋਂ ਇੱਥੇ ਹੀ ਰਹਿੰਦੇ ਆ, ਇੱਥੇ ਹੀ ਸਾਰਾ ਕੁਛ ਕਰਦੇ ਆ, ਹਕੀਕਤ ਦੱਸੀ ਗਈ ਆ, ਜੇਕਰ ਸਰਕਾਰਾਂ ਸਮੇਂ ਦੀਆਂ ਆ ਕੇ ਨਾਲ ਸਹਿਯੋਗ ਦੇਣਗੀਆਂ ਤਾਂ ਇਹ ਪਿੰਡ ਅਤੇ ਅਜਿਹੇ ਪਿੰਡ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਸਕਦੇ ਆ। ਐਡਾ ਵੱਡਾ ਕੰਪਲੈਕਸ ਮਤਲਬ ਕਿਤੇ ਵੀ ਆਪਣੇ ਪੰਜਾਬ ਵਿੱਚ ਇਕੱਠਾ ਨਹੀਂ ਮਿਲਦਾ ਹੈ। ਅੱਛਾ, ਟੀਮਾਂ ਬਾਹਰੋਂ ਆਉਂਦੀਆਂ ਨੇ, ਫੌਜ ਆਪਣੇ ਆਰਮੀ ਦੀਆਂ ਟੀਮਾਂ, ਏਅਰ ਫੋਰਸ ਦੀਆਂ ਟੀਮਾਂ, ਫੁੱਟਬਾਲ ਆਖੀ 'ਤੇ ਆਉਂਦੀਆਂ ਨੇ, ITBP ਤੋਂ ਲੈ ਕੇ BSF ਤੱਕ, ਉਹ ਦੇਖ ਕੇ ਸਭ ਬਣਾਉਣ ਦੇ ਕਹਿੰਦੇ ਵੀ ਇੰਨੀ ਸਾਹ ਵਾ ਸਾਹ ਕੀ ਦੇ ਸਿਰ 'ਤੇ ਡਰ ਲੈ ਬਾਹਰ ਨੇ। ਸੋ ਜਿਸ ਤਰ੍ਹਾਂ ਗੱਲਾਂ ਬਾਤਾਂ ਕੀਤੀਆਂ, ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ, ਤੁਹਾਡਾ ਕਿਹੜਾ ਪਿੰਡ ਆ, ਤੁਹਾਡੇ ਪਿੰਡ ਦੇ ਵਿੱਚ ਕੀ ਖਾਸ ਹੈ, ਜ਼ਰੂਰ ਕਮੈਂਟ ਰਾਹੀਂ ਦੱਸਣ ਦੀ ਕੋਸ਼ਿਸ਼ ਕਰਿਓ, ਅਤੇ ਨਾਲ ਦੀ ਨਾਲ ਇਸ ਪਿੰਡ ਦੀ ਲੜੀ ਨੂੰ ਅਸੀਂ ਹੋਰ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਇਸ ਪਿੰਡ ਦੇ ਕਿਹੜੀਆਂ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਪਹੁੰਚਣੀਆਂ ਜ਼ਰੂਰੀ ਨੇ ਅਸੀਂ ਸਮੇਂ ਸਮੇਂ 'ਤੇ ਗਾਈਡ ਕਰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਸਾਡਾ ਪੰਜਾਬ ਕੈਨੇਡਾ TV।